ਸਾਡੀ ਫਸਲ ਹੈ ਉਹਦੇ ਹੀ ਸਾਨੂੰ ਮੁੱਲ ਦੇ ਦੇਣਾ ਅਸੀਂ 2000 ਰੁਪਏ ਨਾਲ ਕੀ ਕਰਨਾ 2000 ਰੁਪਏ ਅੰਬਾਨੀਆਂ ਨੂੰ ਦੇਵੇ ਉਹਨਾਂ ਨੂੰ ਚਾਹੀਦਾ 2000 ਰੁਪਏ ਸਾਨੂੰ ਨਹੀਂ ਚਾਹੀਦਾ 2000 ਰੁਪਏ ਸਾਨੂੰ ਭੀਖ ਨਹੀਂ ਚਾਹੀਦੀ ਸਾਨੂੰ ਹੱਕ ਚਾਹੀਦੇ ਆ ਸਾਡੇ ਮੋਦੀ ਬਚਾਓ ਦੇਸ਼ ਬਚਾਓ। ऑल इंडिया संयुक्त मोर्चे के सद्दे ते अज फेज 11 मोहाली के वासियों वल्लों थालियां खड़का के किसानी बिलों के विरुद्ध रोस प्रगटाया गया। काले कानूनों के संबंध में गलबात करते हुए फेज 11 के वासियों ने कहा कि मोदी भजाओ पंजाब बचाओ। इस मौके लोगों वल्लों मोदी सरकार के विरुद्ध मुर्दाबाद के भी नारे लगाए गए। इस दौरान लोगों वल्लों पूरे फेज 11 का चक्कर भी कटिया गया। इस रोस प्रदर्शन में फेज 11 दियां औरतों ने भी हिस्सा लिया। उन्होंने कहा कि प्रधानमंत्री मोदी अंबानी और अडानी परिवार को फायदा पहुंचाने किसानों के हकों का कतल कर रहे हैं जिसनों किसी भी हाल में बर्दाश्त नहीं किया जाएगा। आज जिहड़े तुहाडे वल्लों थालियां खड़का के फेस 11 दी नुमाइंदे सारे इकट्ठे हुए इसका कारण की है? ਸਾਡੀਆਂ ਆਲ ਇੰਡੀਆ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਮੋਦੀ ਸਾਹਿਬ ਨੇ ਅਗਰ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਸੰਬੋਧਨ ਕਰਨਾ ਹੈ ਜੋ ਉਹਨਾਂ ਨੂੰ ਅਸੀਂ ਸੁਣਨਾ ਨਹੀਂ। ਉਹਨਾਂ ਨੇ ਕਰੋਨਾ ਭਜਾਉਣ ਲਈ ਕਿਹਾ ਸੀਗਾ ਕਿ ਥਾਲੀਆਂ ਖੜਕਾਓ, ਅਸੀਂ ਮੋਦੀ ਸਾਹਿਬ ਨੂੰ ਭਜਾਉਣ ਵਾਸਤੇ ਥਾਲੀਆਂ ਖੜਕਾ ਰਹੇ ਹਾਂ। ਸਾਡੇ ਜਥੇਬੰਦੀਆਂ ਦਾ ਦੀ ਕਾਲ ਸੀਗੀ, ਉਹਨਾਂ ਦੀ ਕਾਲ 'ਤੇ ਅਸੀਂ ਫੁੱਲ ਚੜਾਏ ਨੇ। ਉਹਦੇ ਸੰਬੰਧ ਦੇ ਵਿੱਚ ਅਸੀਂ ਇਹ ਅੱਜ ਥਾਲੀਆਂ ਵਜਾਈਆਂ ਨੇ ਕਿ ਅਸੀਂ ਮੋਦੀ ਸਾਹਿਬ ਨੂੰ ਭਜਾਉਣਾ ਅਤੇ ਆਪਣੇ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਉਹਨਾਂ ਨੂੰ ਵਾਪਸ ਕਰਾਉਣਾ। ਕਾਲੇ ਕਾਨੂੰਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਲੋਕ ਜਿਹੜੇ ਨੇ ਕਿਸਾਨ ਇਕੱਤਰ ਹੋਏ ਨੇ ਉਹਨਾਂ ਨੂੰ ਵੱਖਵਾਦੀ ਕਰਾਰ ਦਿੱਤਾ ਜਾ ਰਿਹਾ, ਅੱਤਵਾਦੀ ਕਿਹਾ ਜਾ ਰਿਹਾ, ਕੀ ਕਹੋਗੇ? ਔਰ ਇਸ ਤਰੀਕੇ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀ ਫੰਡਿੰਗ ਆ ਇਹਨਾਂ ਨੂੰ ਕਿੱਥੋਂ ਆ ਰਹੀ ਹੈ, ਇਹ ਲੰਗਰ ਜਿਹੜਾ ਹੈਗਾ ਪੀਜ਼ੇ ਦੇ ਲੰਗਰ ਲਗਾਏ ਜਾਣੇ ਨੇ। ਤਾਂ ਮੈਮ ਅੱਜ ਸਰਕਾਰ ਦੀਆਂ ਕੁਝੀਆਂ ਚਾਲਾਂ ਨੇ, ਹਰ ਸਰਕਾਰੀ ਚੱਲਦੀ ਹੁੰਦੀ ਹੈ, ਚਾਹੇ ਬੀਜੇਪੀ ਦੀ ਹੈ, ਚਾਹੇ ਕਾਂਗਰਸ ਦੀ ਹੈ, ਚਾਹੇ ਔਰੰਗਜ਼ੇਬ ਰਿਹਾ, ਕੁਛ ਰਿਹਾ, ਇਹਨਾਂ ਦੇ ਕੁਝੀਆਂ ਚਾਲਾਂ ਹੁੰਦੀਆਂ ਨੇ, ਚੱਲਦੇ ਨੇ। ਪਰ ਫੰਡਿੰਗ ਵਾਲੀ ਗੱਲ ਤਾਂ ਸਾਰੀ ਹੁਣ ਦੁਨੀਆਂ ਨੂੰ ਪਤਾ ਲੱਗਿਆ ਕਿ ਸਿੱਖਾਂ ਦੇ ਲੰਗਰ ਕਿਵੇਂ ਚੱਲਦੇ ਨੇ। ਉਹਦੇ ਵਾਸਤੇ ਮੈਨੂੰ ਲੱਗਦਾ ਕਿਸੇ ਨੂੰ ਐਕਸਪਲੇਨੇਸ਼ਨ ਦੇਣ ਦੀ ਸਾਰੀ ਦੁਨੀਆਂ 'ਚ ਹੀ ਲੋੜ ਨਹੀਂ ਹੈ ਕਿ ਸਾਨੂੰ ਫੰਡਿੰਗ ਕਿੱਥੋਂ ਹੁੰਦੀ ਹੈ। ਫੰਡਿੰਗ ਤਾਂ ਮੈਮ ਇੱਦਾਂ ਹੈ, 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਵਪਾਰ ਕਰਨ ਭੇਜਿਆ ਉਦੋਂ 20 ਰੁਪਏ ਦੇ ਕੇ ਭੇਜਿਆ ਸੀ। ਸਿੱਖ ਉਦੋਂ ਵੀ ਅਮੀਰ ਸੀ ਅਤੇ ਹੁਣ ਵੀ ਅਮੀਰ ਨੇ। ਉਦੋਂ 20 ਰੁਪਏ ਜਿਹਦੇ ਕੋਲ ਹੁੰਦੇ ਸੀ ਉਹ ਸ਼ਾਇਦ ਅੰਬਾਨੀਆਂ ਦਾ ਬਾਪ ਹੁੰਦਾ ਹੋਊਗਾ ਕੋਈ। ਅਸੀਂ ਉਦੋਂ ਦੇ ਹੀ ਅਮੀਰ ਹਾਂ, ਅਸੀਂ ਹੁਣ ਅਮੀਰ ਨਹੀਂ ਹੋਏ। ਅਸੀਂ ਭੀਖ ਨਹੀਂ ਮੰਗਦੇ, ਜਿਹੜਾ 2000 ਰੁਪਇਆ ਮੋਦੀ ਭੀਖ ਦੇ ਰਿਹਾ ਨਾ, ਸਾਨੂੰ ਭੀਖ ਨਹੀਂ ਚਾਹੀਦੀ। ਇਹ ਸਾਨੂੰ ਇੱਦਾਂ ਲੱਗਦਾ ਸਾਡੇ ਮੂੰਹ 'ਤੇ ਤਮਾਚਾ ਮਾਰਿਆ ਮੋਦੀ ਨੇ। ਸਾਨੂੰ ਸਾਡੇ ਹੱਕ ਚਾਹੀਦੇ ਆ, ਸਾਨੂੰ MSP ਚਾਹੀਦੀ ਹੈ, ਗਰੰਟੀ ਦੇਣ MSP ਦੀ, ਅਸੀਂ ਭੀਖ ਨਹੀਂ ਲੈਣੀ। ਠੀਕ ਹੈ, ਸਾਡੇ ਜਿਹੜੀ ਸਾਡੀ ਫਸਲ ਹੈ ਉਹਦੇ ਹੀ ਸਾਨੂੰ ਮੁੱਲ ਦੇ ਦੇਣਾ, ਅਸੀਂ 2000 ਰੁਪਏ ਨਾਲ ਕੀ ਕਰਨਾ, 2000 ਰੁਪਇਆ ਅੰਬਾਨੀਆਂ ਨੂੰ ਦੇਵੇ ਉਹਨਾਂ ਨੂੰ ਚਾਹੀਦਾ 2000 ਰੁਪਇਆ, ਸਾਨੂੰ ਨਹੀਂ ਚਾਹੀਦਾ 2000 ਰੁਪਇਆ, ਸਾਨੂੰ ਭੀਖ ਨਹੀਂ ਚਾਹੀਦੀ, ਸਾਨੂੰ ਹੱਕ ਚਾਹੀਦੇ ਆ ਸਾਡੇ। ਮੋਦੀ ਭਜਾਓ ਦੇਸ਼ ਬਚਾਓ, ਮੋਦੀ ਭਜਾਓ ਦੇਸ਼ ਬਚਾਓ, ਮੋਦੀ ਭਜਾਓ ਦੇਸ਼ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੀ ਜਵਾਨੀ ਕਿਸ ਤਰੀਕੇ ਨਾਲ ਕਿਸਾਨ ਦੇ ਸੰਬੰਧ ਵਿੱਚ ਜਿਹੜੇ ਖੇਤੀ ਕਾਨੂੰਨ ਆਏ ਨੇ ਉੱਥੇ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਰੋਸ ਚੱਲ ਰਿਹਾ ਹੈ ਉੱਥੇ ਫੇਸ 11 ਦੇ ਨਿਵਾਸੀਆਂ ਦੇ ਵੱਲੋਂ ਇਕੱਠਾ ਹੋ ਕੇ ਅੱਜ ਥਾਲੀਆਂ ਖੜਕਾ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ ਜੋ 2000 ਰੁਪਏ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੇ ਉਸਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਕਿਉਂਕਿ ਭੀਖ ਨਹੀਂ ਚਾਹੀਦੀ। ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਦੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਸੀ। ਅੱਜ ਸਿੱਖਾਂ ਨੂੰ ਜਿਹੜੀ ਫੰਡਿੰਗ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਫੰਡਿੰਗ ਖੁਦ ਬਾਬਾ ਨਾਨਕ ਕਰ ਰਹੇ ਨੇ, ਕੋਈ ਹੋਰ ਨਹੀਂ ਕਰ ਰਿਹਾ। ਸਿੱਖ ਨਾ ਹੀ ਤਾਂ ਅੱਤਵਾਦੀ ਨੇ, ਨਾ ਹੀ ਵੱਖਵਾਦੀ ਨੇ। ਕਿਸਾਨ ਜਿਹੜੇ ਵੀ ਉੱਥੇ ਸੰਘਰਸ਼ ਕਰ ਰਹੇ ਨੇ ਉਹ ਸਾਰੇ ਸੰਘਰਸ਼ਵਾਦੀ ਨੇ ਅਤੇ ਆਪਣਾ ਹੱਕ ਲੈਣਾ ਇਹ ਕੌਮ ਬਹੁਖੂਬੀ ਜਾਣਦੀ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੀ ਜਵਾਨੀ ਕਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ, ਥਾਲੀਆਂ ਖੜਕਾਈਆਂ ਜਾ ਰਹੀਆਂ ਨੇ, ਆਪਣੇ ਹੱਕ ਮੰਗੇ ਜਾ ਰਹੇ ਨੇ। ਕੈਮਰਾਮੈਨ ਸੋਨੂੰ ਜਾਂਦਾ ਦੇ ਨਾਲ ਮੈਂ ਹਰਦੀਪ ਕੌਰ ਵਿਰਕ ਚੰਡੀਕਲਾ ਟਾਈਮ ਟੀਵੀ ਦੇ ਲਈ ਚੰਡੀਗੜ੍ਹ। ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਹਾਲੀ ਤੋਂ ਸੋਨੂੰ ਜਾਂਸਲਾ ਦੇ ਨਾਲ ਹਰਦੀਪ ਕੌਰ ਵਿਰਕ ਦੀ ਰਿਪੋਰਟ।